ਛੋਟੀ ਜਿਹੀ ਗੱਲ ਪਿੱਛੇ ਗੋਲੀਆਂ ਮਾਰ ਕੇ ਕੀਤਾ ਕਿਸਾਨ ਦਾ ਕਤਲ, ਹੁਣ ਗੁਨਾਹ ਕਬੂਲ ਕਰਕੇ ਪਛਤਾ ਰਹੇ ਹਮਲਾਵਰ। ਤਾਂ ਦੱਸ ਦਈਏ ਕਿ ਨਾਲੀ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਵਿਵਾਦ ਇੰਨਾ ਵੱਧ ਗਿਆ ਕਿ ਮੌਕੇ ਤੇ ਗੋਲੀਆਂ ਚੱਲ ਜਾਂਦੀਆਂ ਨੇ। ਜਿਸ ਦੇ ਵਿੱਚ ਇੱਕ ਕਿਸਾਨ ਦੀ ਮੌਤ ਹੋ ਜਾਂਦੀ ਹੈ। ਤਾਂ ਜਿਵੇਂ ਹੀ ਪੁਲਿਸ ਨੂੰ ਇਹ ਜਾਣਕਾਰੀ ਮਿਲੀ ਤਾਂ ਉਹਨਾਂ ਦੇ ਵੱਲੋਂ ਗੋਲੀਆਂ ਚਲਾਉਣ ਵਾਲੇ ਦੋਨਾਂ ਹਮਲਾਵਰਾਂ ਨੂੰ ਮੌਕੇ ਤੋਂ ਕਾਬੂ ਕਰ ਲਿਆ। ਤਾਂ ਮਾਮਲਾ ਦੱਸ ਦਈਏ ਕਿ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ, ਜਿੱਥੇ ਇੱਕ ਕਿਸਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਇਹ ਵਿਵਾਦ ਸਾਰਾ ਨਾਲੀ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਸੀ ਤੇ ਉਸਦੇ ਘਰ ਦੇ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਸੀ। ਤਾਂ ਉਸੇ ਸਮੇਂ ਉਸਦੇ ਗਵਾਂਢੀ ਤਰਸੇਮ ਸਿੰਘ ਦੇ ਨਾਲ ਪਾਣੀ ਦੀ ਨਿਕਾਸੀ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ, ਜਿਸ ਤੋਂ ਬਾਅਦ ਸਾਬਕਾ ਫੌਜੀ ਤਰਸੇਮ ਸਿੰਘ ਨੇ ਆਪਣੀ ਰਿਵਾਲਵਰ ਦੇ ਨਾਲ ਮਲਕੀਤ ਸਿੰਘ ਤੇ ਅੰਨੇਵਾਹ ਤਾਪੜ ਤੋੜ ਗੋਲੀਆਂ ਚਲਾ ਦਿੱਤੀਆਂ। ਮੌਕੇ ਤੇ ਹੀ ਮਲਕੀਤ ਸਿੰਘ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪੁਲਿਸ ਪਹੁੰਚਦੀ ਹੈ ਤੇ ਉਹਨਾਂ ਦੇ ਵੱਲੋਂ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਮਲਕੀਤ ਸਿੰਘ ਦੇ ਪਰਿਵਾਰ ਨੇ ਦੋਸ਼ੀ ਤਰਸੇਮ ਸਿੰਘ ਦੇ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਤਾਂ ਇਸ ਮੌਕੇ ਦੋਸ਼ੀ ਤਰਸੇਮ ਸਿੰਘ ਨੇ ਆਪਣਾ ਗੁਨਾਹ ਕਬੂਲ ਕੀਤਾ ਹੈ ਤੇ ਉਸਨੇ ਕਿਹਾ ਕਿ ਉਸਨੂੰ ਪਛਤਾਵਾ ਹੈ ਅਤੇ ਨਾਲ ਹੀ ਉਸਨੇ ਦੱਸਿਆ ਕਿ ਮਲਕੀਤ ਸਿੰਘ ਤੇ ਆਤਮ ਰੱਖਿਆ ਕਰਨ ਦੇ ਲਈ ਉਸਦੇ ਵੱਲੋਂ ਗੋਲੀ ਚਲਾਈ ਗਈ ਸੀ। ਤਾਂ ਉਸਨੇ ਆਪਣਾ ਇਹ ਕਹਿ ਕੇ ਗੁਨਾਹ ਕਬੂਲ ਕੀਤਾ ਕਿ ਉਸਨੂੰ ਪਛਤਾਵਾ ਹੈ। ਕਿਸ ਗੱਲ ਤੋਂ ਲੱਗ ਝਗੜਾ ਹੋਇਆ ਸੀ? ਮਿੱਟੀ ਦਾ ਹਿਸਾਬ ਆ, ਮਿੱਟੀ ਦਾ ਸਾਡਾ ਆਪਦਾ ਥਾਂ, ਉਹਦਾ ਥਾਂ, ਉਹਦੀ ਥਾਂ, ਉਹਦਾ ਵਹਿਣੀ। ਉਹਨੇ ਜਾਣ ਕੇ ਲੜਾਈ ਲਈ, ਜਾਣ ਕੇ ਜਾ ਖੜਾ ਹੋਇਆ, ਗਾਲਾਂ ਕੱਢਣ ਲੱਗ ਪਿਆ ਨੇ ਤੁਹਾਡੀ ਬਾਹ ਨੇ। ਹਾਂਜੀ ਹਾਂਜੀ, ਗਾਲਾਂ ਕੱਢਣ ਲੱਗ ਪਿਆ ਤੇ ਇਹਨਾਂ ਨੇ ਗਾਲਾਂ ਕੱਢਣ ਲੱਗ ਪਿਆ ਤੇ ਇਹਨਾਂ ਦੇ ਚਪੇੜ ਮਾਰਤੀ, ਚਪੇੜ ਮਾਰੀ ਤੇ ਇਹਨਾਂ ਨੇ ਫਿਰ ਅੱਗੋਂ ਫੜ ਲਿਆ ਤੇ ਮੁੜ ਕੇ ਛਡਾ ਕੇ ਇਹਨਾਂ ਕੋਲ ਭੱਜ ਗਿਆ ਆਪਣਾ ਆਪ। ਕਿੰਨੀਆਂ ਗੋਲੀਆਂ ਵੱਜੀਆਂ ਇਹਨਾਂ ਦੇ? ਛੇ ਗੋਲੀਆਂ ਮਾਰੀਆਂ, ਛੇਵੇਂ ਪਿਸਤੌਲ ਪੈ ਗਿਆ। ਦੱਸੋਗੇ ਮੂੰਹ ਘਟਨਾ ਜੀ, ਉਹਦੇ ਪਿਓ ਮੁੰਡੇ ਨੇ ਮਹਿੰਗੇ ਦੇ ਨੇ ਗੋਲੀਆਂ ਮਾਰੀਆਂ, ਉਹਨਾਂ ਪੰਜਾਂ ਜੀਆਂ ਨੇ ਆਖਿਆ ਮਾਰ ਦੋ ਪਹਿਲੀ ਲਾ ਕੇ, ਮਗਰ ਛਡਾ ਲਾ ਦਿੱਤਾ। ਕੋਈ ਤੁਹਾਡਾ ਪੁਰਾਣੀ ਰੇਂਜਰ ਸੀ? ਨਾ ਨਾ, ਕੋਈ ਰੇਂਜਰ ਸੀ ਨਹੀਂ। ਕੋਈ ਬਿਲਡਿੰਗ ਨਿਰਮਾਣ ਕਰ ਰਹੇ ਸੀ? ਸਾਡਾ ਬੰਦਾ ਮਾਰਿਆ, ਮੇਰਾ ਵੀ ਨਾ ਗੋਲੀ ਨਾ ਚਲਾਈ। ਇੰਨੀ ਗੱਲ ਕਹਿੰਦੇ ਕਹਿੰਦੇ ਜਾਂ ਉਹਨੇ ਪਹਿਲਾਂ ਢਿੱਡ ਚ ਮਾਰੀ, ਢਿੱਡ ਚ ਮਾਰ ਕੇ ਸੁੱਟ ਕੇ ਫਿਰ ਜਿੰਨਾ ਚਿਰ ਰਾਜ ਖਾਲੀ ਨੀ ਹੋਇਆ ਨਹੀਂ। ਤੁਹਾਡੇ ਵੱਲੋਂ ਇਹ ਵੀ ਦੱਸਿਆ ਗਿਆ ਮਿੱਟੀ ਪੋਣ ਨੂੰ ਲੈ ਕੇ ਜਿਹੜਾ ਸਾਰਾ ਵਾਰਦਾਤ ਹੋਇਆ, ਪਛਤਾਵਾ ਹੈਗਾ? ਕੋਈ ਪਛਤਾਵਾ ਹੈਗਾ ਜੋ ਤੁਸੀਂ ਕੀਤਾ? ਹਾਂਜੀ, ਪਛਤਾਵਾ ਹੈਗਾ ਜਿਹੜਾ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਤੁਹਾਡੇ ਵੱਲੋਂ? ਪਛਤਾਵਾ ਭਾਈ ਕਿਉਂ ਕੀਤਾ ਕਿਤਨਾ? ਮਿਲੀ ਸੀ ਤੇ ਪਿੰਡ ਸਰੂਪ ਵਾਲੀ ਥਾਣਾ ਕਪੂਰਕੋਟ, ਉੱਥੇ ਤਰਸੇਮ ਸਿੰਘ ਔਰ ਮਲਕੀਤ ਸਿੰਘ ਦੀ ਲੜਾਈ ਹੋਈ ਆ ਇੱਕ ਨਾਲੀ ਦੇ ਪਾਣੀ ਤੋਂ, ਔਰ ਉਹਦੇ ਵਿੱਚ ਜਿਹੜੇ ਤਰਸੇਮ ਸਿੰਘ ਨੇ ਉਹ ਐਕਸ ਆਰਮੀ ਮੈਨ ਨੇ, ਉਹਨਾਂ ਨੇ ਆਪਣਾ ਲਾਇਸੈਂਸੀ ਰਿਵਾਲਵਰ ਦੇ ਨਾਲ ਮਲਕੀਤ ਸਿੰਘ ਦਾ ਕਤਲ ਕਰ ਦਿੱਤਾ। ਜਸਟ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ, ਉਹ ਤੁਹਾਨੂੰ ਬਾਅਦ 'ਚ ਦੱਸਦਾ। ਕਾਰਨ ਨਾਲੀ ਦੇ ਪਾਣੀ ਦੇ ਬੰਦ ਕਰਨ ਤੋਂ ਹੈ, ਝਗੜਾ ਸੀ ਇਹਨਾਂ ਦਾ ਚੱਲ ਰਿਹਾ, ਉਹਦੇ ਵਿੱਚ ਇਹਨਾਂ ਦੋਨਾਂ ਦੀ ਆਪਸ ਚੱਲ ਰਹੀ। ਅਸੀਂ ਇੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਆ, ਅਸੀਂ ਪਹੁੰਚ ਗਏ ਹਾਂ
ਅਸੀਂ ਜਿਹੜੇ ਦੋਸ਼ੀ ਹੈਗੇ ਉਹ ਰਾਊਂਡ ਅਪ ਕਰ ਲਏ ਆ, ਪਰਚਾ ਦਰਜ ਕਰਕੇ ਅਸੀਂ ਇਸਦੀ ਤਫਤੀਸ਼ ਜਿਹੜੀ ਕਰ ਰਹੇ ਹਾਂ। ਮੌਕੇ ਤੋਂ ਅਸੀਂ ਦੋ ਦੋਸ਼ੀ ਫੜੇ ਆ, ਉਹਨਾਂ ਦੇ ਖਿਲਾਫ਼ ਜੋ ਕਾਰਵਾਈ ਬਣਦੀ ਉਹ ਕਰ ਰਹੇ।